4 ਪਾਈ ਚਾਰਟ ਦੀ ਐਕਸਰਸਾਈਜ਼ 4.3 ਦਾ 8ਵਾਂ ਸਵਾਲ ਕਰਨ ਲੱਗੇ। ਕੱਲ ਨੂੰ ਆਪਾਂ 6ਵਾਂ ਕੀਤਾ ਸੀ, ਉਹਦੇ ਨਾਲ ਦਾ ਸੇਮ 7ਵਾਂ ਸੀ, ਅੱਜ ਆਪਾਂ 8ਵਾਂ ਕਰਨ ਲੱਗੇ। ਇਹਦੇ ਚ ਤੇ ਉਹ ਸਵਾਲ ਚ ਕੀ ਫਰਕ ਹੈ? ਇੱਥੇ ਸਰਕਲ ਉਵੇਂ ਹੀ ਦਿੱਤਾ, ਸਰਕਲ ਮਤਲਬ ਪਾਈ ਚਾਰਟ ਉਵੇਂ ਹੀ ਦਿੱਤਾ। ਪਾਈ ਚਾਰਟ ਚ ਕੀ ਦੱਸਿਆ ਗਿਆ ਕਿ ਇੱਕ ਘਰ, ਮੰਨ ਲਓ ਤੁਸੀਂ ਆਪਣੀ ਉਦਾਹਰਣ ਲੈ ਲਓ ਕਿ ਤੁਹਾਡੇ ਘਰ ਵਿੱਚ ਜਿੰਨਾ ਸਾਲ ਦਾ ਮਤਲਬ ਤੁਹਾਡੇ ਮਹੀਨੇ ਦਾ ਜਾਂ ਸਾਲ ਦੀ ਤੁਹਾਡੇ ਪਾਪਾ ਦੀ ਕਮਾਈ ਹੈ, ਉਹਦੇ ਚੋਂ ਕਿੰਨਾ ਖਰਚਾ ਖਾਣੇ ਤੇ ਹੁੰਦਾ, ਕਿੰਨਾ ਖਰਚਾ ਕੱਪੜੇ ਤੇ, ਕਿੰਨਾ ਤੁਸੀਂ ਜੋੜਦੇ ਹੋ ਪੈਸਾ, ਕਿੰਨਾ ਤੁਸੀਂ ਘਰ ਦਾ ਕਿਰਾਇਆ ਦਿੰਦੇ ਹੋ, ਤੇ ਬਾਕੀ ਉੱਲੜ ਸੁੱਲੜ ਦੇ ਜਿਹੜੀਆਂ ਚੀਜ਼ਾਂ ਹੁੰਦੀਆਂ, ਕਿਤੇ ਆਉਣ ਜਾਣ ਲਈ ਕਈ ਵਾਰ ਖਰਚਾ ਹੁੰਦਾ, ਕੋਈ ਘਰ ਰਿਸ਼ਤੇਦਾਰ ਆ ਜਾਂਦਾ ਉਹਨੂੰ ਦੇਣਾ ਪੈਂਦਾ, ਉਹ ਖਰਚਿਆਂ ਨੂੰ ਅਦਰਸ ਗਿਣਿਆ ਗਿਆ, ਠੀਕ ਹੈ? ਤੇ ਹਰ ਘਰ ਦਾ ਆਪਣਾ ਆਪਣਾ ਅਲੱਗ ਅਲੱਗ ਖਰਚਾ ਹੁੰਦਾ, ਕਿੰਨੀ ਪਾਪਾ ਕਮਾਈ ਕਰਦੇ ਆ, ਮੰਮੀ ਕਮਾਈ ਕਰਦੇ ਆ, ਉਸ ਹਿਸਾਬ ਨਾਲ ਆਪਾਂ ਖਰਚਾ ਕਰਦੇ ਹਾਂ। ਹੁਣ ਉਹਨਾਂ ਨੇ ਕਿਹਾ ਕਿ ਕੱਲੀ ਕੱਲੀ ਦੱਸੋ, ਇਹ ਤਾਂ ਐਂਗਲ ਦਿੱਤੇ ਆ ਨਾ ਕਿ ਖਾਣੇ ਤੇ 108 ਡਿਗਰੀ ਦਾ ਐਂਗਲ ਹੈ, ਕਿਰਾਏ ਦਾ 90 ਡਿਗਰੀ ਐਂਗਲ ਹੈ, ਤੇ ਉਹ ਕਹਿੰਦਾ ਆਪਾਂ ਕੱਲੇ ਕੱਲੇ ਤੇ ਤੁਸੀਂ ਖਰਚਾ ਦੱਸੋ ਕਿ ਕਿੰਨੇ ਰੁਪਏ ਖਰਚਾ ਹੋਇਆ। ਖਰਚਾ ਤਾਂ ਰੁਪਇਆਂ ਚ ਹੁੰਦਾ, ਤਾਂ ਕਿੰਨੇ ਰੁਪਏ ਖਰਚਾ ਹੋਇਆ? ਉਹ ਕਹਿੰਦਾ ਇਹ ਦੱਸੋ ਕਿ ਕਿੰਨੇ ਰੁਪਏ ਖਰਚਾ ਹੋਇਆ ਤੇ ਟੋਟਲ ਕਿੰਨਾ ਇੱਕ ਘਰ ਦਾ ਖਰਚਾ, ਟੋਟਲ ਵੀ ਦੱਸਣਾ, ਤੇ ਉਸ ਟੋਟਲ ਵਿੱਚੋਂ ਕਿੰਨਾ ਖਰਚਾ ਖਾਣੇ ਤੇ, ਕਿੰਨਾ ਖਰਚਾ ਕੱਪੜੇ ਤੇ, ਕੱਲੇ ਕੱਲੇ ਦਾ ਵੀ ਦੱਸਣਾ। ਪ੍ਰਸ਼ਨ ਪਤਾ ਚੱਲ ਗਏ, ਦੋ ਪ੍ਰਸ਼ਨ ਕੱਢਣੇ ਆ, ਪਹਿਲਾ ਪੂਰਾ ਕਿੰਨਾ ਖਰਚਾ, ਟੋਟਲ ਕਿੰਨਾ ਖਰਚਾ, ਦੂਜਾ ਕੱਲੀ ਕੱਲੀ ਚੀਜ਼ ਤੇ ਕਿੰਨਾ ਖਰਚਾ। ਉਹਦੇ ਵਿੱਚੋਂ ਹੁਣ ਉਹਨਾਂ ਨੇ ਆਪਾਂ ਨੂੰ ਕੱਪੜੇ ਦਾ ਖਰਚਾ ਦੱਸਿਆ ਕਿ ਤੁਹਾਡੇ ਘਰ ਚ ਕੱਪੜੇ ਤੇ ਕਿੰਨਾ ਖਰਚਾ ਹੁੰਦਾ, 1650 ਰੁਪਏ, ਯਾਨੀ ਕਿ ਕਲੋਥਿੰਗ ਤੇ ਉਹਨਾਂ ਨੇ ਖਰਚਾ, ਕਲੋਥਿੰਗ ਐਕਸਪੈਂਡੀਚਰ ਉਹਨਾਂ ਨੇ ਕਿੰਨਾ ਕਿਹਾ, 1650 ਰੁਪਏ। ਕੱਪੜੇ ਤੇ ਖਰਚਾ ਕਿੰਨਾ ਹੈਗਾ, 1650, ਇਹੀ ਹੈ ਨਾ? ਤੇ ਉਹਨਾਂ ਨੇ ਕੋਣ ਕਿੰਨਾ ਦਿੱਤਾ, 36, ਯਾਨੀ ਕਿ ਕੋਣ 36 ਡਿਗਰੀ। ਇਹਦਾ ਦੇਖੋ ਇਕੱਲੇ ਇਕੱਲੇ ਨੂੰ ਕਿਵੇਂ ਕਰਨਾ, ਕੋਣ 36 ਡਿਗਰੀ ਗੁਣਾ ਕਿੰਨੇ ਟੋਟਲ ਕਿੰਨੇ ਡਿਗਰੀ ਦੇ, ਵੈਰੀ ਗੁੱਡ, ਕੋਣ ਦਾ ਟੋਟਲ ਹਮੇਸ਼ਾ ਕਿੰਨੇ ਡਿਗਰੀ ਲੈਣਾ, 360 ਗੁਣਾ, ਆਪਾਂ ਜੋ ਫਰਸ ਹੋ ਕੀਤਾ ਸੀ ਤੇ ਗੁਣਾ ਟੋਟਲ ਦਿੱਤਾ ਸੀ, ਇੱਥੇ ਤਾਂ ਆਪਾਂ ਟੋਟਲ ਕੱਢਣਾ ਨਾ, ਤਾਂ ਇੱਥੇ ਕੁਛ ਵੀ ਲੈ ਲਓ, ਐਕਸ ਲੈ ਲਓ ਜਾਂ ਖਰਚਾ ਲਿਖ ਲਓ, ਠੀਕ ਹੈ? ਚਾਹੇ ਤੇ ਪੰਜਾਬੀ ਚ ਖਰਚਾ ਹੀ ਲਿਖ ਲਓ, ਚਾਹੇ ਆਪਣੇ ਵੱਲੋਂ ਐਕਸ ਲੈ ਲਓ, ਕੁਛ ਵੀ ਲੈ ਸਕਦੇ। ਬਰਾਬਰ ਕਿੰਨਾ, 1650। ਹੁਣ ਆ 36 ਦੇ ਭਾੜੇ ਤੇ 360 ਜਾਂਦਾ ਹੈ, ਕਿੰਨੇ ਦੇ, 10 ਤੇ 5, 10 ਜਾਂ 50, ਉਹਦੇ 36 10 ਜਾਂ 300, ਉਹਨਾਂ 10 ਥੱਲੇ ਹੈ ਤਾਂ ਦੂਜੇ ਪਾਸੇ ਕਿੱਥੇ ਜਾਊਗਾ, ਐਕਸ ਬਰਾਬਰ 1650 ਗੁਣਾ 10। ਹੁਣ ਦੱਸੋ ਕਿੰਨਾ ਟੋਟਲ ਖਰਚਾ ਹੋ ਗਿਆ ਕਿਸੇ ਘਰ ਦਾ, ਕਿੰਨੀ ਰਕਮ ਬਣੀ ਇਹ, 1650 ਨੂੰ 10 ਨਾਲ ਗੁਣਾ ਕਰਾਂਗੇ। ਅਰਸ਼ ਬੇਟਾ ਪੈਨ ਪੈਨਸੀ ਨਹੀਂ ਚੱਕਣਾ, ਮੂੰਹ ਜਵਾਨੀ ਦੱਸੋ ਕਿਵੇਂ ਗੁਣਾ ਕਰੀ ਦੀਆਂ ਜੀਰੋ ਵਾਲੀਆਂ ਰਕਮਾਂ ਨੂੰ, ਹਾਂ ਜੀ, ਜਿੰਨੀਆਂ ਜੀਰੋ ਹੈ ਮਗਰ ਓਨੀਆਂ ਲਾ ਦੋ, ਕਿੰਨੀਆਂ ਜੀਰੋ ਹੈ, ਦੋ ਜੀਰੋਆਂ, ਇੱਥੇ ਰਕਮ ਕੀ ਬਚੀ, ਇੱਕ ਨੂੰ 165 ਨਾਲ ਗੁਣਾ ਕੀਤਾ ਕਿੰਨਾ ਗਿਆ, ਤਾਂ ਕਿੰਨਾ ਖਰਚਾ ਹੋ ਗਿਆ ਇੱਕ ਘਰ ਦਾ, 1650।
ਯਾਨੀ ਕਿ ਜਿਸ ਘਰ ਦਾ ਉਹਨੇ ਡਾਟਾ ਦਿੱਤਾ ਉਸ ਘਰ ਦਾ ਕੁੱਲ ਖਰਚਾ ਕਿੰਨਾ 16,500 ਰੁਪਏ। ਉਹਦੇ ਚੋਂ 16,500 ਚੋਂ ਉਹ ਕੱਪੜੇ ਤੇ ਕਿੰਨਾ ਖਰਚਦੇ ਆ 1,650। ਹੁਣ ਬਾਕੀ ਚੀਜ਼ਾਂ ਦਾ ਖਰਚਾ ਆਪਾਂ ਕੱਢਣਾ, ਐਵੇਂ ਕੱਢਾਂਗੇ। ਚਾਹੇ ਤੁਸੀਂ ਜਿਵੇਂ ਆਪਾਂ ਕੱਲ ਟੇਬਲ ਬਣਾ ਕੇ ਕੀਤਾ ਸੀ, ਚਾਹੇ ਟੇਬਲ ਬਣਾ ਕੇ ਕਰ ਲਓ। ਜੇ ਟੇਬਲ ਬਣਾਉਣਾ ਔਖਾ ਲੱਗਦਾ ਤਾਂ ਐਵੇਂ ਹੀ ਇਕੱਲਾ ਇਕੱਲਾ ਕਰ ਲਓ। ਆਪਾਂ ਖਾਣੇ ਤੋਂ ਸ਼ੁਰੂ ਕਰੀਏ, ਫੂਡ ਖਾਣਾ ਜਾਂ ਭੋਜਨ, ਠੀਕ ਹੈ। ਭੋਜਨ ਲਿਖਿਆ ਤੁਹਾਡੀ ਬੁੱਕ ਚ, ਭੋਜਨ ਲਿਖੋ। ਕਿੰਨੇ ਡਿਗਰੀ ਕੋਣ ਹੈ? 108 ਡਿਗਰੀ ਵਟੇ ਕਿੰਨੇ ਡਿਗਰੀ? 360 ਡਿਗਰੀ ਗੁਣਾ ਟੋਟਲ ਕਿੰਨਾ ਆਇਆ? 16,500। ਹੁਣ ਹਮੇਸ਼ਾ ਇੱਕ ਗੱਲ ਯਾਦ ਰੱਖੋ, ਆਪਾਂ ਸਾਰੇ ਕੱਢਣੇ ਆ, ਸਾਰਿਆਂ ਚ 360 ਹਮੇਸ਼ਾ ਕਿੱਥੇ ਆਊਗਾ? ਥੱਲੇ, ਤੇ 16,500 ਉੱਪਰ। ਤਾਂ ਇਹਨੂੰ ਕੱਟਣਾ ਸਿੱਖ ਲਓ। ਇੱਕ ਚ ਆਪਾਂ ਨੂੰ ਟਾਈਮ ਲੱਗੂਗਾ, ਬਾਕੀਆਂ ਫਿਰ ਮਿੰਟੋ ਮਿੰਟੋ ਵੀ ਚੱਕੀ ਜਾਵਾਂਗੇ ਤੇ ਉੱਪਰ ਵਾਲੇ ਨਾਲ ਗੁਣਾ, ਠੀਕ ਹੈ। ਹੁਣ ਆ ਜੀਰੋ ਨੂੰ ਜੀਰੋ ਨਾਲ ਕੱਟਤਾ, ਹੁਣ ਛੀਕਮ ਛੀਕਮ ਛੇ ਦੇ ਪਹਾੜੇ ਤੇ 1650 200, ਹੁਣ 6 ਦੇ ਪਹਾੜੇ ਤੇ 108। ਹੁਣ ਯਾਨੀ ਕਿ ਆਪਾਂ ਨੂੰ ਇਹ ਪਤਾ ਚੱਲ ਗਿਆ ਕਿ 36 ਤੇ 165 1650 ਨੂੰ ਕਿਹੜੇ ਪਹਾੜੇ ਤੇ ਕੱਢਣਾ? 6 ਤੇ। ਹਰ ਵਾਰ ਜਦੋਂ ਆਪਾਂ ਕੱਟਾਂਗੇ ਉੱਪਰ 275 ਲਿਖਾਂਗੇ, ਥੱਲੇ ਕੀ ਲਿਖਾਂਗੇ? 6। ਹੁਣ 6 ਦੇ ਪਹਾੜੇ ਤੇ 108 ਜਾਊਗਾ, 6 ਕਮ 6, 6 ਦੇ ਪਹਾੜੇ ਤੇ 108 48 18। ਹੁਣ 275 ਨੂੰ 18 ਨਾਲ ਕੀ ਕਰਾਂਗੇ? ਗੁਣਾ। ਜਵਾਬ ਲਿਖ ਅੱਗੇ ਕੀ ਆ ਗਿਆ? ਕਿਰਾਇਆ, ਰੈਂਟ। ਆਪਾਂ ਗੁਣਾ ਕਰਕੇ ਜਵਾਬ ਲਿਖਣਾ। ਇਹ ਕਿੰਨੇ ਡਿਗਰੀ ਹੈ? 90 ਵਟੇ 360 ਗੁਣਾ 16,500। ਹੁਣ ਆਪਾਂ ਕੱਟਣਾ ਸਿੱਖਿਆ ਸੀ 6 ਤੇ ਆ ਕੀ ਹੈ 275। 6 ਦੇ ਪਹਾੜੇ ਤੇ 90, 6 ਕਮ 6 6 ਤੇ 15। ਹੁਣ ਆਪਾਂ ਨੂੰ ਪਕਾਈ ਨੀ ਨਾ ਪਈ, ਪਹਿਲੀ ਵਾਰ ਮਿਹਨਤ ਕਰਨੀ ਪਈ, ਠੀਕ ਹੈ। ਰੈਂਟ ਤੋਂ ਬਾਅਦ ਆ ਗਿਆ ਆਪਣਾ ਬਚਤ, ਸੇਵਿੰਗ। ਉਹਨੀ ਦੇ ਤੁਸੀਂ ਸਾਰੇ ਗੁਣਾ ਕਰੋ। ਪਹਿਲੀ ਲਾਈਨ 18 ਨੂੰ 275 ਨਾਲ ਗੁਣਾ ਕਰਕੇ ਦੱਸੋ, ਦੂਜੀ ਲਾਈਨ 15 ਨੂੰ 275 ਨਾਲ ਗੁਣਾ ਕਰਕੇ ਦੱਸੋ ਆਹਲੀ ਲਾਈਨ, ਆ ਤੀਜੀ ਲਾਈਨ ਜਿਹੜਾ ਹੁਣ ਉਹ ਗੁਣਾ ਕਰਕੇ ਦੱਸਣਾ। ਬਚਤ ਆਈ ਹੈ ਜੀ 54 ਵਟੇ 360 ਗੁਣਾ 16,500। ਆ ਜੀਰੋ ਜੀਰੋ ਨਾਲ 6 ਤੇ 275 9 ਨਾਲ। ਆ ਤੀਜੀ ਲਾਈਨ 9 ਨੂੰ 275 ਨਾਲ ਗੁਣਾ ਕਰਕੇ ਦੱਸੋ ਕਿੰਨਾ ਜਵਾਬ ਆਇਆ। ਤੇ ਅਖੀਰਲਾ ਰਹਿ ਗਿਆ ਅਦਰਸ 4, ਇੱਥੇ ਹੈਗਾ ਆਪਣੇ ਕੋਲ 72 ਵਟੇ 360 ਗੁਣਾ 16,500। ਆ ਜੀਰੋ ਜੀਰੋ ਨਾਲ 6 275 6 ਦੇ ਭਾੜੇ ਤੇ 6 ਕਮ 6 12 ਤੇ ਚੌਥੀ ਲਾਈਨ ਆ ਚਾਰੋ ਬੱਚੇ 12 ਨੂੰ 275 ਨਾਲ ਗੁਣਾ ਕਰਕੇ ਦੱਸੋ। ਆ ਲਾਈਨ ਪਹਿਲੀ 18 275, ਆ ਲਾਈਨ ਗੁਣਾ ਕਰੋ 15 ਨੂੰ 275, ਆ ਲਾਈਨ ਗੁਣਾ ਕਰੋ 9 ਨੂੰ 275, ਆ ਲਾਈਨ ਗੁਣਾ ਕਰੋ 12 ਨੂੰ 275 ਨਾਲ। ਕਿੰਨਾ ਆਇਆ ਵਿਚੋਂ ਦਿਨ ਦਾ? 2475 ਆ ਗਿਆ ਇਹਦਾ, 2475 ਰੁਪਏ। ਹਾਂ ਤੁਹਾਨੂੰ ਕਹਿੰਦਾ ਕਿੰਨਾ ਆਇਆ? 4,125 ਰੁਪਏ।
ਇਧਰ ਪਹਿਲੀ ਲਾਈਨ ਦਾ ਜਵਾਬ ਤੇ ਅਖੀਰਲੀ ਲਾਈਨ ਦਾ ਜਵਾਬ ਰਹਿ ਗਿਆ। 18 ਨੂੰ 275 ਨਾਲ ਚੌਥੀ ਲਾਈਨ ਦਾ ਰਹਿ ਗਿਆ 12 ਨੂੰ 275 ਨਾਲ ਗੁਣਾ। ਰੈਂਟ ਕਿੰਨਾ ਆਇਆ ਦੇਖੋ 4125 ਰੁਪਏ, 3300 ਪੂਰਾ 3300 ਆ ਗਿਆ ਜਵਾਬ। ਯਾਨੀ ਕਿ ਹੁਣ ਪਤਾ ਚੱਲ ਗਿਆ ਕਿ ਉਸ ਘਰ ਦਾ ਟੋਟਲ ਖਰਚਾ ਕਿੰਨਾ ਹੈ 16,500। ਉਹਦੇ ਤੋਂ ਖਾਣੇ ਤੋਂ ਕਿੰਨਾ ਖਰਚ ਪਿਆ 49,50 ਰੁਪਿਆ, ਤੇ ਕਿਰਾਇਆ 4,125 ਰੁਪਏ ਨਿਕਲਿਆ, ਤੇ ਬਜਟ 2,475 ਰੁਪਏ ਕਰਦੇ ਆ, ਤੇ ਹੋਰ ਚੀਜ਼ਾਂ ਦੇ 3,300 ਰੁਪਏ ਖਰਚਾਂਗੇ। ਸਮਝ ਲੱਗ ਗਈ?